ਮੈਂ ਸਾਰਾ ਫੌਜੋਂ ਆਇਆ ਤੇ ਮੈਂ ਹੁਣ ਅਮਰ ਛਕਿਆ ਗੁਰੂ ਮਹਾਰਾਜ ਦਾ ਬਾਣੀ ਪੜ੍ਹਦਾ ਹਾਂ ਤੇ ਮੇਰਾ ਨਾਂ ਝੂਠਾ ਵਿੱਚ ਦੇ ਦਿੱਤਾ ਆ। ਕੀ ਲਿਖਿਆ ਤੁਹਾਡੇ? ਕੀ ਲਿਖਿਆ ਵੀ ਇਹ ਸ਼ਰਾਬ ਤੇ ਵੇਚਦਾ ਵਾ ਅਲਕੋਹਲ। ਅਸੀਂ ਕਹਿੰਦੇ ਵੀ ਸਾਨੂੰ ਸਬੂਤ ਦਿੱਤਾ ਜਾਵੇ ਜਾਂ 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 ਫਿਰ ਸਾਹਮਣੇ ਗੱਲ ਕਰੇ ਜਾਂ ਸਾਡੇ ਕੋਲ ਜੇ ਅਸੀਂ ਗੁਨਾਹਗਾਰ ਹੋਵਾਂਗੇ ਸਾਨੂੰ ਜਿਹੜੀ ਮਰਜ਼ੀ ਸਜ਼ਾ ਦਿੱਤੀ ਜਾ। ਹਾਂ ਇਹ ਸ਼ਰਾਬ ਤੇ ਲਗਡਾਟ ਨਾਲ ਕੰਮ ਕੀਤਾ ਹੈ। ਇਸ ਤਰ੍ਹਾਂ ਜੀ ਮੈਨੂੰ ਵੀ ਅੱਜ ਦਿਨੇ ਪਤਾ ਲੱਗਾ, ਕੋਈ ਕਰੀਬ 8 ਵਜੇ ਮੈਨੂੰ ਫੋਨ ਆਇਆ ਕਿਸੇ ਦਾ ਵੀ ਪਿੰਡ ਦੇ ਵਿੱਚ ਪੋਸਟਰ ਜਿਹੜੇ ਆ ਇਹ ਗਲੀਆਂ ਦੇ ਵਿੱਚ ਪਏ ਖਿਲਰੇ ਪਏ ਆ। ਚਲੋ ਅਸੀਂ ਵੇਖਿਆ ਜਿਹਦੇ ਵਿੱਚ ਕੁਛ ਬੰਦੇ ਇਹ ਨਹੀਂ ਕਹਿੰਦੇ ਵੀ ਨਸ਼ਾ ਨਹੀਂ ਵੇਚਦੇ, ਪਿੰਡ ਦੇ ਵਿੱਚ ਵੇਚਦੇ ਆ। ਅਸੀਂ ਵੀ ਉਹਨਾਂ ਨੂੰ ਬੜਾ ਥਾਣੇ ਵੀ ਫੜਾਇਆ ਵਾ, ਦਰਖਾਸਤਾਂ ਵੀ ਦਿੱਤੀਆਂ, SSP ਤੱਕ ਵੀ ਪਹੁੰਚੇ, ਬੜੀ ਝਬਾਲ ਥਾਣੇ ਵੀ ਸਾਡੇ ਕੋਲ ਦਰਖਾਸਤਾਂ ਗਈਆਂ ਕਿਉਂਕਿ ਨਸ਼ੇ ਦੇ ਵਿਰੁੱਧ ਅਸੀਂ ਵੀ ਹਾਂ। ਅਸੀਂ 1-2 ਬੰਦੇ ਫੜਾਏ ਜੇ ਜੇਲ੍ਹਾਂ ਦੇ ਵਿੱਚ ਵੀ ਹੈਗੇ ਆ। ਦੂਸਰੀ ਗੱਲ ਆ ਕੁਛ ਬੰਦੇ ਨਜਾਇਜ਼, ਜਿਵੇਂ ਕਿ ਮੈਨੂੰ ਖੁਦ ਨੂੰ ਵਿੱਚ ਜਲੀਲ ਕੀਤਾ ਗਿਆ, ਮੈਂ ਖੁਦ ਮੇਰੇ 3 ਬੇੜੇ ਵਿੱਚ ਲਿਖਾਇਆ ਗਿਆ ਵੀ ਇਹ ਨਸ਼ਾ ਤਸਕਰ ਆ ਤਾਂ ਇਹ ਵੇਚਦੇ ਆ, ਜਿਹਦੇ ਵਿੱਚ ਅਸੀਂ ਬਿਲਕੁਲ ਅਸੀਂ ਇਹ ਕਹਿੰਦੇ ਹਾਂ ਵੀ ਜੇ ਕੋਈ ਪਰੂਫ ਸਾਡੇ ਬਰਖਲਾਫ ਹੈਗਾ ਵਾ ਤਾਂ ਸਾਨੂੰ ਪਰੂਫ ਕਰਕੇ ਸਾਹਮਣੇ ਝੂਠਿਆਂ ਕੀਤਾ ਜਾਵੇ। ਇੱਕ ਨਜਾਇਜ਼ ਸਾਨੂੰ ਬਦਨਾਮ ਕੀਤਾ ਗਿਆ, ਦੂਸਰੇ ਪਿੰਡ ਦੇ ਵਿੱਚ ਜਿਹੜੇ ਸਾਡੇ ਵਿਰੋਧੀ ਆ ਜਾਂ ਗਿੱਲੋ ਉਹ ਸਾਨੂੰ ਅਗਰ ਜੇ ਸਾਨੂੰ ਉਹ ਨਸ਼ਾ ਸਾਬਤ ਕਰ ਦੇਣ ਤਾਂ ਅਸੀਂ ਦੇਣਦਾ ਰਹੀਏ। ਮੈਂ ਪਿੰਡ ਸੈਣਪੁਰ ਤੋਂ ਸਰਪੰਚ ਸਰਵਨ ਸਿੰਘ, ਕਿਉਂਕਿ ਸਾਡਾ ਨਾਂ ਇਸ ਕਰਕੇ ਆ ਗਿਆ ਜਿਹੜੇ ਬੰਦੇ 36 ਬੰਦੇ ਆ ਉਹਨਾਂ ਦੀ ਮਦਦ ਕਰਦੇ ਅਤੇ ਇਹਨਾਂ ਦੀ ਰਹਿਮ ਹੇਠ ਹੀ ਕੰਮ ਇਹ ਕਰਦੇ ਆ। ਪਲੱਸ ਇਹਨਾਂ ਵਿੱਚ 10 ਤੋਂ 15 ਬੰਦੇ ਇਹ ਆ ਕਿ ਜਿਹੜੇ ਅੰਮ੍ਰਿਤਧਾਰੀ ਆ ਅਤੇ ਜਿਹੜੇ ਸਾਰੇ ਪਿੰਡ ਨੂੰ ਪਤਾ ਵਾ ਕਿ ਇੱਦਾਂ ਦੇ ਬੰਦੇ ਨਹੀਂ ਆ। ਪਲੱਸ ਉਹਨਾਂ ਦੇ ਨਾਂ 'ਤੇ ਛਪਾ ਕੇ ਗਲੀਆਂ 'ਚ ਖਿਲਾਰੇ ਗਏ। ਇਹ ਨਹੀਂ ਕਿ ਲਾਏ ਵੀ ਆ, ਲਾਏ ਵੀ ਨਹੀਂ ਕਹਿੰਦਾ ਤਾਂ ਲਾਏ ਤਾਂ ਸਾਨੂੰ ਕੋਈ ਵੇਖ ਲੂਗਾ। ਇਹ ਕਰ ਇੱਕੋ ਸ਼ਰਾਰਤੀ ਬੰਦੇ ਆ, 2-4 ਅਸੀਂ ਨਾਂ ਨੂੰ ਨਹੀਂ ਲਾਵਾਂਗੇ, ਨਵਾਂ ਰਸ਼ਦ ਕਰਾਂਗੇ ਜਾਂ ਉਹ ਸਾਨੂੰ ਸਬੂਤ ਦੇਣ ਕਿ ਇਹ ਕੰਮ ਹੈ। ਜੇ ਉਹ ਸਬੂਤ ਦੇ ਦੇਣ ਅਸੀਂ ਭਰੇ ਅਸਤੀਫਾ ਦੇਵਾਂਗੇ ਸਰਪੰਚੀ ਤੋਂ, ਅਤੇ ਜਿਹੜੀ ਕਾਰਵਾਈ ਹੋਈ ਆਪਣੇ 'ਤੇ ਆਪੇ ਕਰਾ ਕੇ ਅਸੀਂ ਖੁਦ ਜੇਲ੍ਹ ਜਾਵਾਂਗੇ। ਸਾਨੂੰ ਕੋਈ ਡਰ ਨਹੀਂ ਇਸ ਗੱਲ ਦਾ, ਅਸੀਂ ਸੱਚੇ ਇਸ ਗੱਲੋਂ। ਅਸੀਂ ਚੋਰ ਸਾਡੇ ਪਿੰਡ ਚੋਰੀ ਹੋਈ ਭਾਈ, 3-4 ਚੋਰੀਆਂ ਅਸੀਂ ਪੁੱਛ ਡੰਪ ਚੁਕਾ ਕੇ ਰਾਤ ਦਿਨ ਭੱਜੇ ਫਿਰਦੇ ਪੁਲਿਸ ਮਗਰ, ਹੁਣ ਫਿਰ ਅਸੀਂ ਥਾਣੇ ਚੱਲੇ ਹਾਂ ਅਤੇ ਪੁਲਿਸ ਦਾ ਟਾਈਮ ਨਹੀਂ ਹੈਗਾ, ਉਹ ਸਾਰੇ ਟੈਰੇਜ ਫੜ ਫੜਦੇ ਕਰਕੇ ਨਾ ਉੱਧਰ ਭੱਜੇ ਫਿਰਦੇ ਹਾਂ ਅਤੇ ਸਾਡਾ ਟਾਈਮ ਨਹੀਂ। 2-4 ਸਾਨੂੰ ਦੇ ਦਿਓ ਦਿਨ, ਅਸੀਂ ਇਹ ਘਰ ਦਿਨ ਰਾਤ ਇੱਕ ਕਰਨ ਦੇ ਹਾਂ ਅਤੇ ਨਜਾਇਜ਼ ਸਾਡੇ 'ਤੇ ਤੁਹਮਤਾਂ ਲਾ ਕੇ ਸਾਨੂੰ ਬਦਨਾਮ ਕਰ। ਬਖਸ਼ੀਸ਼ ਸਿੰਘ ਸ਼ੀਸ਼ਾ ਫੜਿਆ ਜੀ ਪੁੱਤਰ ਮੋਤਾ ਸਿੰਘ ਜੀ। ਬਾਕੀ ਜਿਹੜੇ ਬੰਦੇ ਮਿਲ ਗਏ ਉਸ ਨੇ ਵੈਰੀਫਾਈ ਕਰ ਰਹੇ ਆ ਜੀ ਸੰਤੋਖ ਸਿੰਘ ਲਿਖਿਆ ਸਰਪੰਚ ਸਰਵਣ ਸਿੰਘ ਜੀ ਰੇਡ ਕਰ ਰਹੇ ਆ ਸਾਰਾ ਵੈਰੀਫਾਈ ਕਰਕੇ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇ ਪਿੰਡ ਸੋਲ ਜੀ ਸ਼ੀਸ਼ੇ ਕੋਈ ਫੜਿਆ ਗਿਆ ਨਹੀਂ ਜੀ ਕੋਈ ਫ
ਸਮਾਧਾਨ, 2 ਘੰਟੇ ਚ ਘਰ ਬੈਠੇ ਸਮਾਧਾਨ, ਵਸ਼ੀਕਰਨ ਕਰਨਾ ਜਾਂ ਤੋੜਨਾ, ਪਿਆਰ ਵਿਚ ਧੋਖਾ ਲਵ ਮੈਰਿਜ, ਪਤੀ ਪਤਨੀ ਵਿਚ ਅਣਬਣ, ਸੋਤਨ ਦੁਸ਼ਮਣ ਦਾ ਨਾਸ਼ ਅਤੇ ਲਾਟਰੀ ਨੰਬਰ ਦੇ ਮਾਹਿਰ ਬਾਬਾ ਰਹਿਮਤ ਖਾਨ। ਧੋਖਾ ਖਾਧੇ ਲੋਕ ਸਾਨੂੰ ਇੱਕ ਵਾਰ ਫੋਨ ਜ਼ਰੂਰ ਕਰੋ, ਸੰਪਰਕ 7339998181।